मैं थोनू अज गरंटी देना आप ताई ठोकनी है डोमेस्टिक यूजर को 3 रुपये यूनिट बिजली मिलूगी तो इंडस्ट्री को 5 रुपये यूनिट सुखबीर है 400 यूनिट फ्री दुनिया का सब तो बड़ा कपी मैं समझना कि यह सिर्फ ते सिर्फ घबराहट में जो लोगों का विरोध है जो लोगों किते वायदे पूरे नहीं कर सके उस तो टेंशन डिवर्ट कर ली है बिल्कुल बेतुकियां अकाली दल से ला रहे ने बेतुकियां सरकार दियां गल्लां ते कर रहे ने उधरों दिल्ली आया 300 फ्री 25 लाख नौकरी 25 लाख नौकरी संभाल के रखियो 25 लाख नौकरी फड़ लो पूछ एक तो वादे किता दिल्ली दे उस मॉडल ने केजरीवाल साहब दे उस मॉडल ने दिल्ली दे विच कांग्रेस पार्टी दे कुत्ते फेर कीते सी पंजाब दे लोकां नूं पता गा सियासत च करंट तोड़िया बिजली वाले ऐलान दे नाल 2022 जिवें जिवें नेड़े आ रिहा है इस मुद्दे ते सियासी स्टंट वधदे जा रहे ने आम आदमी अते श्रोमणी अकाली दल दे बाद हुण नवजोत सिंह सिद्धू ने वी ऐलान कर दित्ता है मुफ्त नहीं पर सस्ती बिजली दा दावा ठोकिया पर इस ऐलान दी देर सी कि पलटवार वाली सियासत शुरू हो गई ते सवालां दी वाचड़ होई सिद्धू वल मैं समझना कि यह सिर्फ ते सिर्फ घबराहट विच जो लोगों का विरोध है जो लोगों नाल कीते वायदे पूरे नहीं कर सके उस तो टेंशन डिवर्ट कर ली है बिल्कुल बेतुकियां अकाली दल ते ला रहे ने जिस दिन सिद्धू साहब बने उस दिन तो कहिंदे कि मैनू 18-31 प्रोग्राम हाईकमांड ने दिता है ਜਿਹੜੀ ਚੀਫ ਮਿਨਿਸਟਰ ਨੂੰ ਚਿੱਠੀ ਲਿਖੀ ਉਹਦੇ 'ਚ 5 ਨੁਕਾਤੀ ਆ ਗਿਆ ਹੁਣ 1 ਨੁਕਾਤੀ ਤੇ ਆ ਗਿਆ ਨਵਜੋਤ ਸਿੰਘ ਸਿੱਧੂ ਨੇ ਨਾ ਸਿਰਫ ਆਮ ਆਦਮੀ ਪਾਰਟੀ ਦੇ ਦਿੱਲੀ ਮਾਡਲ ਤੇ ਸਵਾਲ ਖੜੇ ਕੀਤੇ ਸਗੋ ਕੇਜਰੀਵਾਲ ਵੱਲੋਂ ਪੰਜਾਬ 'ਚ ਨੌਕਰੀਆਂ ਵਾਲੇ ਵਾਅਦੇ ਤੇ ਵੀ ਤੰਜ ਕੱਸਿਆ ਜਿਸ ਤੇ ਜਵਾਬ ਇਹ ਆਇਆ ਦਿੱਲੀ ਦੇ ਉਸ ਮਾਡਲ ਨੇ ਕੇਜਰੀਵਾਲ ਸਾਹਿਬ ਦੇ ਉਸ ਮਾਡਲ ਨੇ ਦਿੱਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਕੁੱਤੇ ਫੇਲ ਕੀਤੇ ਸੀ ਪੰਜਾਬ ਦੇ ਲੋਕਾਂ ਨੂੰ ਪਤਾਗਾ 17-67 ਤੇ ਕਾਂਗਰਸ ਪਾਰਟੀ ਦੀ ਜਮਾਨਤ ਜ਼ਬਤ ਹੋਊਗੀ ਪੰਜਾਬ ਵਿੱਚ ਨਵਜੋਤ ਸਿੰਘ ਸਿੱਧੂ ਦੀ ਵੀ ਜਮਾਨਤ ਜ਼ਬਤ ਹੋਊਗੀ ਕਿ ਨਵਜੋਤ ਸਿੰਘ ਸਿੱਧੂ ਨੇ ਤਾਂ ਹੁਣ ਬਿਜਲੀ ਮਾਫੀ ਨਾਲ ਵੀ ਜਾਰੀ ਪਾ ਲਈ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਰੱਦ ਕਰਨ ਦੀ ਗੱਲ ਕਰਦਾ ਗਾ ਇਹਦਾ ਮਤਲਬ ਕੀ ਉਹਦੀ ਇੰਟੈਂਸ਼ਨ ਇਹ ਆ ਉਹਦੀ ਮਨਸ਼ਾ ਇਹ ਆ ਕਿ ਉਹ ਬਿਜਲੀ ਵਾਲੇ ਜਿਹੜੇ ਪਾਵਰ ਪਰਚੇਜ ਐਗਰੀਮੈਂਟ ਤੇ ਉਹ ਵੀ ਰੱਦ ਨਹੀਂ ਕਰਨਾ ਚਾਹੁੰਦਾ ਗਾ ਇਹ ਗੱਲ ਸਪਸ਼ਟ ਹੋ ਚੁੱਕੀ ਆ ਇਹਦਾ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਉਹ ਬੇਵਕੂਫ ਚਾਹੁੰਦਾ ਗਾ ਸਮਝਦਾ ਗਾ ਕਿ ਪੰਜਾਬ ਦੇ ਲੋਕ ਬੇਵਕੂਫ ਨੇ ਉਹਦੀ ਗੱਲ ਸਮਝ ਨਹੀਂ ਰਹੇ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਜੇਕਰ ਉਹ ਐਗਰੀਮੈਂਟ ਰੱਦ ਹੁੰਦੇ ਨੇ ਕਿ ਤਾਂ ਪੰਜਾਬ 'ਚ ਸਸਤੀ ਬਿਜਲੀ ਹੋਊਗੀ ਤਾਂ ਪੰਜਾਬ 'ਚ ਜਿਹੜਾ ਹੈਗਾ ਬਿਜਲੀ ਦਾ ਸਿਸਟਮ ਠੀਕ ਹੋਊਗਾ ਇਸ ਤੋਂ ਸਪਸ਼ਟ ਆ ਕਿ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਮਾੜਾ ਮੋਟਾ ਵਜਦਾ ਬਿਜਲੀ ਮਾਫੀਆ ਸੀਗੇ ਉਹਦੇ ਲਈ ਵੀ ਸਾਂਝ ਪਿਆਲੀ ਪਾ ਲਈ ਕੋਈ ਸੱਤਾ ਹਾਸਲ ਕਰਨ ਦੇ ਲਈ 400 ਯੂਨਿਟ ਮੁਫਤ ਦੇਣ ਦਾ ਵਾਅਦਾ ਕਰਦਾ ਹੈ ਤੇ ਕੋਈ 300 ਤੇ ਕੋਈ ਸੱਤਾ 'ਚ ਹੁੰਦੇ ਹੋਏ ਅਗਲੀ ਵਾਰ ਲਈ 3 ਰੁਪਏ ਪ੍ਰਤੀ ਯੂਨਿਟ ਦੇਣ ਦਾ ਭਰੋਸਾ ਦਿੰਦਾ ਹੈ ਪਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਭਰੋਸਿਆਂ 'ਚ ਬਹੁਤੀ ਸੱਚਾਈ ਨਜ਼ਰ ਨਹੀਂ ਆ ਰਹੀ ਕੁਝ ਕਹਿੰਦੇ ਰਹੇ ਹੁਣ ਵੀ ਕਿਸੇ ਜਾਣਦੇ ਉਹ ਭਰਮ ਜਾਲੇ ਲੋਕਾਂ ਨੂੰ ਪਾਉਂਦੇ ਨੇ ਭਾਈ ਜਾਣਦੇ ਲੋਕੀ ਸਮਝਣ ਲੱਗ ਪਏ ਮਹਿੰਗੀ ਬਿਜਲੀ ਪੰਜਾਬ ਦੀ ਦੁਖਦੀ ਰਗ ਹੈ ਪੰਜਾਬ ਦੇ ਲੋਕ ਵੱਡੇ ਬਿਜਲੀ ਦੇ ਬਿੱਲਾਂ ਦੇ ਬੋਝ ਹੇਠਾਂ ਦੱਬੇ ਨੇ ਕਿਸਾਨ ਹਾਲੋ ਬੇਹਾਲ ਨੇ ਇਸੇ ਲਈ ਚੋਣਾਂ ਤੋਂ ਪਹਿਲਾਂ ਪਾਰਟੀਆਂ ਮਾਹੌਲ ਭਾਂਪਰੀਆਂ ਨੇ ਅਤੇ ਸਿਆਸਤ ਦੇ ਲਈ ਇਹ ਬੇਹੱਦ ਮੁਫੀਦ ਮੁੱਦਾ ਹੈ ਇਸੇ ਲਈ ਤਾਂ ਇੱਕ ਤੋਂ ਬਾਅਦ ਇੱਕ ਐਲਾਨ ਹੁੰਦੇ ਨੇ ਕਦੇ ਮੁਫਤ ਵਾਲਾ ਤੇ ਕਦੇ ਰਾਹਤਾਂ ਵਾਲਾ ਪਰ ਇਹਨਾਂ 'ਚੋਂ ਕੁਝ ਵੀ ਸੱਚ ਹੋਵੇਗਾ ਇਸ ਤੇ ਪੰਜਾਬੀਆਂ ਨੂੰ ਬਹੁਤ ਐਤਬਾਰ ਨਹੀਂ ਹੈ